ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਅਸੀਂ ਸਾਰੀ ਸੰਗਤ ਜਿਹੜੀ ਇਸ ਵੇਲੇ ਬਹੁਤ ਠੰਡ ਦੇ ਵਿੱਚ ਬਹੁਤ ਔਖੇ ਸਮੇਂ ਆਪਣੇ ਘਰ ਬਾਰ ਛੱਡ ਕੇ ਦਿੱਲੀ ਜਾਂ ਦਿੱਲੀ ਰਸਤੇ 'ਚ ਪਹੁੰਚੇ ਹਾਂ, ਕਿਉਂਕਿ ਜੋ ਤੁਸੀਂ ਕਰ ਰਹੇ ਇੱਕ ਇਤਿਹਾਸ ਬਣਾ ਰਹੇ ਹਾਂ। ਜਿਹੜੇ ਵੀ ਕਹਿੰਦੇ ਵੀ ਪੰਜਾਬ ਕੁਛ ਨਹੀਂ ਰਹਿ ਗਿਆ ਪੰਜਾਬ ਦਾ, ਅੱਜ ਤੁਸੀਂ ਇੱਕ ਇੰਨਾ ਵੱਡਾ ਸੁਨੇਹਾ ਭੇਜਿਆ ਸਾਰੀ ਦੁਨੀਆ ਨੂੰ ਵੀ ਪੰਜਾਬ ਚੜ੍ਹਦੀ ਕਲਾ ਵਿੱਚ ਆ ਅਤੇ ਪੰਜਾਬ ਦੇ ਲੋਕ ਅਤੇ ਕਿਸਾਨ ਉਹ ਵੀ ਇੱਕ ਜੁੱਟ ਇੱਕ ਮੁੱਠ ਆ। ਅਤੇ ਦੂਜੀ ਅਸੀਂ ਜਿਹੜੇ ਸਾਡੇ ਸੇਵਾਦਾਰ ਲੱਗੇ ਹੋ ਆ ਖਾਲਸਾ ਏਡ ਦੇ ਸੇਵਾਦਾਰ, ਦਿਨ ਦਿਹਾੜੀ 30-35 ਸ਼ਾਇਦ 40 ਵੀ ਹੋ ਸਕਦੇ ਹੁਣ, ਜਿਹੜੇ ਭਈ ਚਾਹ ਪਾਣੀ ਵਰਤਾ ਰਹੇ ਆ, ਲੰਗਰ ਵਰਤਾ ਰਹੇ 24 ਘੰਟੇ, ਅਤੇ ਭਾਈ ਅਮਰਪ੍ਰੀਤ ਸਿੰਘ ਜਿਹੜੇ ਠੀਕ ਨਹੀਂ ਆਪ ਮੋਹਰੇ ਹੋ ਕੇ ਸੇਵਾ ਕਰ ਰਹੇ, ਸਾਰੀ ਕੋਆਰਡੀਨੇਟ ਕਰ ਰਹੇ ਪੰਜਾਬ ਦੇ ਵਿੱਚ, ਹਰਿਆਣਾ ਵਿੱਚ ਅਤੇ ਦਿੱਲੀ ਵਿੱਚ, ਉਹਨਾਂ ਦਾ ਬਹੁਤ ਧੰਨਵਾਦ। ਉਹ ਵੀ ਆਪਣੀ ਯੰਗ ਫੈਮਿਲੀ ਛੱਡ ਕੇ ਮੋਹਰੇ ਹੋਏ ਹੋ ਆ। ਸੋ ਜਿਹੜੇ ਕਈ ਸੇਵਾਦਾਰ ਪਿੰਡਾਂ 'ਚੋਂ ਆਏ ਆ, ਮੈਂ ਦੇਖੀਆਂ ਫੋਟੋਆਂ, ਬੀਬੀਆਂ ਆ, ਬਜ਼ੁਰਗ ਆ, ਪ੍ਰਸ਼ਾਦੇ ਬਣਾ ਰਹੇ ਆ, ਜਿੱਥੇ ਇੱਥੇ ਮੋਰਚਾ ਲੱਗਾ ਆ, ਜਿੱਥੇ ਕਿਸਾਨ ਤੁਰੇ ਉਹ ਰਸਤੇ ਵਿੱਚ, ਅਤੇ ਚੜ੍ਹਦੀ ਕਲਾ ਮੈਸੇਜ ਇੱਕ ਜਾ ਰਿਹਾ ਜਿਹੜਾ ਹੁੰਦਾ ਵੀ ਦੇਗ ਤੇਗ ਫਤਿਹ, ਤਾਂ ਪੰਥੀ ਦਾ ਜੀਤ ਹੋਣੀ ਆ। ਸੋ ਇਹਦੇ ਵਿੱਚ ਜਿਹੜੀ ਅਸੀਂ ਅੱਜ 2-3 ਜਿਹੜੀਆਂ ਪਈ ਸੁਨੇਹੇ ਆ, ਪਹਿਲਾਂ ਤਾਂ ਹੈਗਾ ਮੈਂ ਇਸ ਪੇਜ ਦੇ ਉੱਪਰ ਤੁਸੀਂ ਦੇਖੋਗੇ ਜਿੱਥੇ ਮੈਂ ਲਿਖਿਆ ਆ ਪੰਜਾਬੀ 'ਚ ਉੱਪਰ ਆ ਪੇਜ 'ਤੇ ਪੰਜਾਬ ਕਿਸਾਨ ਸੰਘਰਸ਼, ਉਹਦੇ ਥੱਲੇ ਇੱਕ ਲਿੰਕ ਲਾਈਓ ਆ, ਉਹ ਲਿੰਕ ਇੱਕ ਪੇਜ ਦੀ ਆ ਜਿਹੜਾ ਅਸੀਂ ਪੇਜ ਬਣਾਇਆ ਇੱਕ ਫੇਸਬੁੱਕ ਦਾ, ਉਹ ਲਿਖਿਆ ਕਿਸਾਨ ਦਾ ਪ੍ਰੋਟੈਸਟ ਜਿਹੜਾ, ਉਹਦੇ ਵਿੱਚ ਤੁਸੀਂ ਜਿੱਥੇ ਬੈਠੇ ਆ ਰੋਡ 'ਤੇ ਹਰਿਆਣੇ ਦਿੱਲੀ ਮੋਰਚੇ ਵਿੱਚ ਆ ਪ੍ਰੋਟੈਸਟ ਦੇ ਵਿੱਚ ਤੁਸੀਂ ਅਪਡੇਟ ਕਰ ਸਕਦੇ ਹੋ। ਪਰ ਮੇਰੀ ਇਹੀ ਬੇਨਤੀ ਆ ਭਾਈ ਤੁਸੀਂ ਐਵੇਂ ਫਾਲਤੂ ਚੀਜ਼ਾਂ ਵਿੱਚ ਲਿਖਿਓ, ਉਹ ਬਲੌਕ ਕਰ ਦੇਵਾਂਗੇ ਅਸੀਂ। ਇਹ ਹੈਗਾ ਆ ਤੁਸੀਂ ਅਪਡੇਟ ਦੇਣੀ ਆ ਕੀ ਹੋ ਰਿਹਾ, ਜੇ ਕੋਈ ਲੋੜ ਹੋਵੇ ਉੱਥੇ ਕੰਬਲਾਂ ਦੀ ਜਾਂ ਖਾਣ ਪੀਣ ਦੀ ਐਮਰਜੈਂਸੀ ਲੋੜ ਹੋਵੇ। ਇਹ ਅਸੀਂ ਪੇਜ ਇਕੱਲਾ ਖਾਲਸਾ ਨਹੀਂ ਖੋਲਿਆ, ਤੁਹਾਡੇ ਸਾਰਿਆਂ ਲਈ ਖੋਲਿਆ ਪੇਜ। ਇਹ ਪੇਜ 'ਤੇ ਜਾ ਕੇ ਤੁਸੀਂ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਹਾਂ ਭਾਈ ਕੀ ਹੋ ਰਿਹਾ ਜਿੱਥੇ ਤੁਸੀਂ ਬੈਠੇ ਹਾਂ, ਗਾਹਾਂ ਕੀ ਹੋ ਰਿਹਾ, ਇੱਕ ਦਿਨ ਸਲਾਹ ਦੇਣੀ ਹੋਵੇ ਅਤੇ ਉਹ ਵੀ ਅਸੀਂ ਇਹ ਪੇਜ ਮੋਨੀਟਰ ਕਰਾਂਗੇ। ਸਾਡੀ ਵਾਈਫ ਆ ਬਲਵਿੰਦਰ ਕੌਰ, ਉਹ ਮੋਨੀਟਰ ਕਰੂਗੀ, ਉਹਨਾਂ ਦਾ ਆਈਡੀਆ ਸੀਗਾ ਪੇਜ ਦਾ। ਅਤੇ ਇਹਦੇ ਵਿੱਚ ਇਹ ਨਹੀਂ ਪਏ ਅਸੀਂ ਇਹ ਵੀ ਆਪ ਇਹ ਨਹੀਂ ਪਈ ਜਿਹੜੀ ਇਨਫੋਰਮੇਸ਼ਨ ਆਊਗੀ ਭਈ 100% ਠੀਕ ਹੋਊਗੀ, ਕਿਉਂਕਿ ਅਸੀਂ ਦੇਖਾਂਗੇ ਅਤੇ ਉਹ ਇਨਫੋਰਮੇਸ਼ਨ ਚੈੱਕ ਕਰਾਂਗੇ। ਇਹ ਨਹੀਂ ਪਏ ਕਿਸੇ ਨੇ ਇਨਫੋਰਮੇਸ਼ਨ ਪਾ ਦਿੱਤੀ ਲਓ ਜੀ ਮੋਹਰੇ ਕੁਛ ਹੋ ਰਿਹਾ ਆ ਅਤੇ ਤੁਸੀਂ ਪਿੱਛੇ ਵੀ ਐਕਸ਼ਨ ਲੈਣ ਲੱਗ ਪਾਓ। ਪਹਿਲਾਂ ਸਾਡਾ ਅਸੀਂ ਮੈਸੇਜ ਭੇਜਾਂਗੇ ਉਸ ਫੇਸਬੁੱਕ 'ਤੇ ਵੀ ਹਾਂ ਇਹ ਗੱਲ ਠੀਕ ਆ ਕਿ ਨਹੀਂ। ਸੋ ਪੋਸਟ ਤੁਸੀਂ ਪਾ ਸਕਦੇ ਹਾਂ ਜੇ ਕੋਈ ਮੈਡੀਕਲ ਐਮਰਜੈਂਸੀ ਆ ਗਈ, ਜੇ ਕਿਸੇ ਨੂੰ ਕੰਬਲਾਂ ਦੀ ਲੋੜ ਹੋਵੇ, ਜੇ ਕਿਸੇ ਦਾ ਟਰੈਕਟਰ ਖਰਾਬ ਹੋ ਗਿਆ ਹੋਵੇ, ਇਹਦੇ ਵਿੱਚ ਤੁਸੀਂ ਸਾਰੇ ਇੱਕ ਦੂਜੇ ਨਾਲ ਗੱਲ ਕਰ ਸਕਦੇ ਪੇਜ 'ਤੇ। ਅਸੀਂ ਤਾਂ ਬਹੁਤ ਮਿਨੀਮਲ ਕਰਾਂਗੇ, ਅਸੀਂ ਘੱਟ ਤੋਂ ਘੱਟ ਕਰਾਂਗੇ। ਇਹ ਪੇਜ ਤੁਹਾਡੇ ਲਈ ਸੈਟਅਪ ਕੀਤਾ ਵੀ ਤੁਸੀਂ ਇੱਕ ਦੂਜੇ ਨਾਲ ਇੱਕ ਥਾਂ ਹੋਵੇ, ਇੱਕ ਸੈਂਟਰ ਪੁਆਇੰਟ ਹੋਵੇ, ਇੱਕ ਥਾਂ 'ਤੇ ਜਿੱਥੇ ਤੁਸੀਂ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਹਾਂ, ਜਿੱਥੇ ਤੁਸੀਂ ਰੋਡ 'ਤੇ ਬੈਠੇ ਹੋਵੋਗੇ ਜਾਂ ਟਰੈਕਟਰ ਜਾਂ ਦਿੱਲੀ ਰਸਤੇ 'ਚ ਤੁਰੇ ਹੋਵੋਗੇ ਵੀ ਅਪਡੇਟ ਕੀ ਆ, ਉਹਦੇ ਵਿੱਚ ਇਹ ਤੁਹਾਡੀ ਅਪਡੇਟ ਹੋਊਗੀ। ਅਸੀਂ ਬਿਲਕੁਲ ਦੇਖਾਂਗੇ ਵੀ ਕੀ ਹੋ ਰਿਹਾ ਪੇਜ 'ਤੇ, ਕੀ ਲੋੜ ਆ। ਇਹ ਇਕੱਲਾ ਨਹੀਂ ਭਾਈ, ਜੇ ਤੁਹਾਨੂੰ ਕੰਬਲ ਦੀ ਲੋੜ ਆ ਅਤੇ ਖਾਲ ਸਾਈਡ ਦੇ ਸੇਵਾਦਾਰ ਦੂਰ ਬੈਠੇ ਆ ਅਤੇ ਉੱਥੇ ਦੇਖਾਂਗੇ, ਅਸੀਂ ਅਪੀਲ ਕਰਾਂਗੇ ਕਿਹੜੀ ਜਥੇਬੰਦੀ ਕਿਹੜੀ ਸੰਸਥਾ ਲਾਗੇ ਆ ਉਹ ਤੁਹਾਡੀ ਮਦਦ ਕਰ ਸਕਦੀ ਆ, ਕਿਉਂਕਿ ਇਹ ਕਾਫੀ ਕੋ ਵੱਡਾ ਜਿਹੜਾ ਭਾਈ ਸੰਘਰਸ਼ ਜਿਹੜਾ ਭਾਈ ਪ੍ਰੋਟੈਸਟ ਚੱਲ ਰਿਹਾ ਇਸ ਵੇਲੇ, ਅਤੇ ਇਹ ਅਸੀਂ ਸਾਰੇ ਪਾਸੇ ਨਹੀਂ ਪਹੁੰਚ ਸਕਦੇ, ਪਰ ਉੱਥੇ ਬਹੁਤ ਹੀ ਚੜ੍ਹਦੀ ਕਲਾ ਸਿੱਖਾਂ ਦੀਆਂ, ਪੰਜਾਬੀਆਂ ਦੀਆਂ, ਕਈ ਹਰਿਆਣੇ ਦੀਆਂ ਜਥੇਬੰਦੀਆਂ ਦਿੱਲੀ ਦੀਆਂ ਵੀ ਚੱਲ ਰਹੀਆਂ ਸੇਵਾ 'ਤੇ। ਫਿਰ ਉਹਨਾਂ ਨੂੰ ਅਸੀਂ ਮੈਸੇਜ ਦੇ ਸਕਦੇ ਹਾਂ ਭਈ ਆਹ ਸੰਗਤ ਇੱਥੇ ਬੈਠੀ ਆ, ਇਹਨਾਂ ਨੂੰ ਆਹ ਚੀਜ਼ ਦੀ ਲੋੜ ਆ, ਉਹ ਵੀ ਅਸੀਂ ਕਨਫਰਮ ਕਰਾਂਗੇ, ਇਨਬੋਕਸ 'ਤੇ ਕਨਫਰਮ ਕਰਾਂਗੇ, ਫਿਰ ਤੁਹਾਨੂੰ ਮੈਸੇਜ ਭੇਜ ਦੇਵਾਂਗੇ। ਇਹ ਇੱਕ ਚੀਜ਼ ਬਣਾਈ ਆ ਜਿੱਥੇ ਤੁਸੀਂ ਸਾਰੇ ਇੱਕ ਥਾਂ, ਅਸੀਂ ਖਾਲਸਾ ਨੂੰ ਬੁਲਾਈ ਆ ਭਈ ਸਾਰੇ ਇੱਕ ਥਾਂ ਇੱਕ ਦੂਜੇ ਨੂੰ ਜਿੱਦਾਂ ਸਲਾਹ ਦੇ ਸਕਦੇ ਹਾਂ ਭਈ ਕੀ ਹੋਇਆ। ਕਈ ਵਾਰ ਲੱਗਦਾ ਨਹੀਂ ਪਤਾ ਭਈ ਕਿਹੜਾ ਪੇਜ ਦੇਖੀਏ, ਕਿੱਥੇ ਦੇਖੀਏ, ਫੇਸਬੁੱਕ 'ਤੇ ਜਾਂ ਇੰਸਟਾਗ੍ਰਾਮ 'ਤੇ, ਭਈ ਕੀ ਕਿੱਥੇ ਹੋ ਰਿਹਾ, ਸਾਨੂੰ ਪਤਾ ਨਹੀਂ ਕਿਹੜੀ ਖਬਰ ਠੀਕ ਆ ਨਹੀਂ ਠੀਕ ਆ। ਕਈ ਵਾਰੀ ਸਾਡਾ ਕੋਈ ਸੈਂਟਰਲ ਪੁਆਇੰਟ ਨਹੀਂ ਹੁੰਦਾ, ਹਰ ਇੱਕ ਚੀਜ਼ ਦਾ ਇੱਕ ਸੈਂਟਰਲ ਪੁਆਇੰਟ ਹੋਣਾ ਚਾਹੀਦਾ ਜਿੱਥੇ ਸੰਗਤ ਦੇਖ ਸਕਦੀ ਆ, ਅਪਡੇਟ ਕਰ ਸਕਦੀ ਆ,
ਭਈ ਦੂਜੇ ਜਿਹੜੇ ਗਾਹਾਂ ਜਾਂ ਪਿੱਛੇ ਆ ਉਹ ਵੀ ਅਪਡੇਟ ਹੋਣ ਭਈ ਪਿੱਛੇ ਲਾਠੀ ਚਾਰਜ ਹੋ ਰਹੀ ਆ ਅਤੇ ਮੂਹਰੇ ਲੰਗਰ ਵਰਤਾ ਰਹੇ ਆ ਸੇਫ ਆ ਮੂਹਰੇ ਜਾਣਾ ਇਹ ਮੂਹਰੇ ਇੱਕ ਗੋਲੀ ਤਾਂ ਨਹੀਂ ਚੱਲਦੀ ਇਹ ਕਿਸੇ ਨੂੰ ਕੋਈ ਲੋੜ ਤਾਂ ਨਹੀਂ ਇੱਥੇ ਬੈਠਿਆਂ ਨੂੰ ਕੋਈ ਬਜ਼ੁਰਗ ਤਾਂ ਨਹੀਂ ਬਿਮਾਰ ਹੋ ਗਿਆ ਸੋ ਇਹ ਤੁਹਾਡੇ ਲਈ ਸੈਟਅਪ ਕੀਤਾ ਤੁਸੀਂ ਸ਼ੇਅਰ ਕਰੋ ਹੋਏ ਪੇਜ ਜਿਹੜੇ ਵੀ ਉੱਥੇ ਮੁਜ਼ਾਹਰੇ 'ਤੇ ਹੈਗੇ ਜਿਹੜੇ ਪ੍ਰੋਟੈਸਟ ਸ਼ਿੰਗਾਰ 'ਚ ਇਸ ਵੇਲੇ ਬੈਠੇ ਆ ਰੋਡਾਂ 'ਤੇ ਅਸੀਂ ਤੁਹਾਡੇ ਨਾਲ ਹਾਂ ਸਰ ਕਈ ਵਾਰੀ ਹੁੰਦਾ ਜਿੱਦਾਂ ਦੇਖੋ ਜਦੋਂ 47 ਹੋਇਆ ਅਤੇ ਬੋਰਡਰ ਬਣਿਆ ਦੋਨੇ ਸਾਈਡਾਂ 'ਤੇ ਖੂਨ ਖਰਾਬੀ ਹੋਈ ਕੋਈ ਕਿਸੇ ਦਾ ਨਹੀਂ ਉੱਥੇ ਸੀਗਾ ਕੋਈ ਸੰਸਥਾ ਨਹੀਂ ਸੀਗੀ ਭਈ ਅਸੀਂ ਇੱਕ ਦੂਜੇ ਦੀ ਮਦਦ ਕਰ ਸਕਦੇ ਹਾਂ ਸੋ ਅੱਜ ਸੰਸਥਾ ਹੈਗੀ ਆ ਖਾਲਸਾ ਏਡ ਖਾਲਸਾ ਜਦੋਂ ਸ਼ੁਰੂ ਕੀਤੀ ਸੀਗੀ ਮੈਨੂੰ ਕਹਿੰਦੇ ਪੰਜਾਬ ਨੂੰ ਕੀ ਫਾਇਦਾ ਹੋ ਰਿਹਾ ਖਾਲਸਾ ਏਡ ਦਾ ਤਾਂ ਜਦੋਂ ਕਿਹਾ ਤੁਸੀਂ ਸੋਚੋ ਖਾਲਸਾ ਏਡ ਦਾ ਪੰਜਾਬ ਨੂੰ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਅਤੇ ਇਨਸਾਨੀਅਤ ਨੂੰ ਫਾਇਦਾ ਹੁੰਦਾ ਅਸੀਂ ਇਹਦੇ ਵਿੱਚ ਕੋਈ ਆਪਣੀ ਇੰਨੇ ਮਿਲੀਅਨਰ ਬਾਬੇ ਬੂਬੇ ਨਹੀਂ ਬਣਨਾ ਹੈ ਅਸੀਂ ਸਿੱਧੇ ਬੰਦੇ ਹਾਂ ਅਸੀਂ ਇੰਨੇ ਚੰਗੇ ਵੀ ਨਹੀਂ ਗਏ ਪਰ ਕੋਸ਼ਿਸ਼ ਕਰਦੇ ਵੀ ਚੰਗਾ ਕੰਮ ਕਰੀਏ ਸੋ ਸਾਡੀ ਜਿਹੜੀ ਟੀਮ ਆ ਪੰਜਾਬ ਦੇ ਵਿੱਚ ਆ ਭਾਈ ਅਮਰਪ੍ਰੀਤ ਸਿੰਘ ਚੜ੍ਹਦੀ ਕਲਾ ਸੇਵਾ ਕਰ ਰਹੇ ਜਿਹੜੇ ਸਾਡੇ ਸੇਵਾਦਾਰ ਲੱਗੇ ਰੋਡ 'ਤੇ ਦਿਨ ਦਿਹਾੜੀ ਅਸੀਂ ਆਪਣੇ ਵੱਲੋਂ ਤਹਿ ਦਿਲ ਧੰਨਵਾਦ ਕਰਦੇ ਉਹਨਾਂ ਦਾ ਕਿਉਂਕਿ ਉਹ ਬਹੁਤ ਹੀ ਦੇਖੋ ਆਪਣਾ ਘਰ ਛੱਡ ਕੇ ਨੌਜਵਾਨ ਮੂਹਰੇ ਹੋ ਕੇ ਸੇਵਾ ਕਰ ਰਹੇ ਆ ਅਤੇ ਬਜ਼ੁਰਗ ਵੀ ਕਰ ਰਹੇ ਆ ਇਹਨੂੰ ਕਹਿੰਦੇ ਆ ਸਿੱਖੀ ਇੱਕ ਪਾਸੇ ਸਾਡੇ ਉੱਪਰ ਲਾਠੀ ਚਾਰ ਜਾਂ ਸਾਡੇ ਉੱਪਰ ਉਹ ਪਾਣੀ ਪਾ ਰਹੇ ਆ ਪੁਲਸੀਏ ਦੂਜੇ ਪਾਸੇ ਅਸੀਂ ਉਹਨਾਂ ਨੂੰ ਪ੍ਰਸ਼ਾਦਾ ਛਕਾ ਰਹੇ ਹਾਂ ਜਦੋਂ ਸਾਨੂੰ ਕਹਿੰਦੇ ਭਾਈ ਤੁਸੀਂ ਕਿਉਂ ਜਾਂਦੇ ਰਾਤ 'ਚ ਲੰਗਰ ਚਲਾਉਣ ਤੁਸੀਂ ਕਿਉਂ ਚਲਾਉਂਦੇ ਤੁਸੀਂ ਉੱਥੇ ਕਿਉਂ ਚਲਾਉਂਦੇ ਕਿਉਂਕਿ ਸਾਨੂੰ ਕੋਈ ਦੁਸ਼ਮਣ ਨਹੀਂ ਦਿਸਦਾ ਇੱਕ ਸਾਡੀ ਬਹੁਤ ਵੱਡਾ ਇੱਕ ਹਥਿਆਰ ਆ ਜਿਹੜੀ ਇਨਸਾਨੀਅਤ ਉਹ ਹੈਗੀ ਸੇਵਾ ਸਾਡੀ ਸੇਵਾ ਤੋੜਨ ਲਈ ਸਾਨੂੰ ਸਾਡੇ ਦੁਸ਼ਮਣਾਂ ਨੇ ਬਹੁਤ ਕੋਸ਼ਿਸ਼ ਕੀਤੀ ਆ ਤੁਸੀਂ ਉਹਨੂੰ ਕਾਹਦੇ ਲੰਗਰ ਛਕਾਉਂਦੇ ਹੋ ਉਹ ਤਾਂ ਮੁਸਲਮਾਨ ਆ ਉਹ ਤਾਂ ਇਸਾਈ ਆ ਉਹ ਤਾਂ ਅਤੇ ਗੁਰੂ ਨਾਨਕ ਜੀ ਨੇ ਇਹ ਨਹੀਂ ਕਿਹਾ ਸੀਗਾ ਵੀ ਲੰਗਰ ਇਕੱਲੇ ਸਿੱਖਾਂ ਅਤੇ ਹਿੰਦੂ ਨੂੰ ਛਕਾਓ ਲੰਗਰ ਸਾਰਿਆਂ ਲਈ ਆ ਲੰਗਰ ਅਸੀਂ ਇੱਕ ਪਾਸੇ ਪੁਲਸੀਏ ਬੈਠੇ ਭੁੱਖੇ ਆ ਦੂਜੇ ਪਾਸੇ ਤੁਸੀਂ ਆ ਸੋ ਲੰਗਰ ਨਹੀਂ ਰੁਕਣ ਦੇਣਾ ਮੈਂ ਮੈਸੇਜ ਪਹਿਲਾਂ ਵੀ ਭੇਜਿਆ ਸੀ ਆ ਪੇਜ 'ਤੇ ਅਮਰਪ੍ਰੀਤ ਸਿੰਘ ਹੋਣਾ ਨੇ ਚੜ੍ਹਦੀ ਕਲਾ ਲੰਗਰ ਲਾਇਓ ਆ ਸਾਡੀ ਟੀਮ ਨੇ ਮੂਹਰੇ ਹੋਰ ਵੀ ਲੱਗੂਗੇ ਚਾਹ ਪਾਣੀ ਦਾ ਪ੍ਰੋਗਰਾਮ ਦਿੱਲੀ ਵੀ ਹੁਣ ਪਾਣੀ ਸਾਫ਼ ਪਾਣੀ ਵੀ ਆ ਰਿਹਾ ਮੂਹਰੇ ਸਾਨੂੰ ਰਿਕੁਐਸਟ ਆਈ ਸੀ ਸਾਫ਼ ਪਾਣੀ ਜਦ ਉਹ ਵੀ ਆ ਰਿਹਾ ਅਸੀਂ ਜੋ ਕਰ ਸਕਦੇ ਕਰਾਂਗੇ ਤੁਹਾਡੇ ਸਾਥ ਦੇ ਨਾਲ ਪਰ ਸਾਰਾ ਤੁਸੀਂ ਜੋ ਕੀਤਾ ਅੱਜ ਕਾਨੂੰਨੀ ਹੇਠ ਕੀਤਾ ਕੋਈ ਗੈਰ ਕਾਨੂੰਨੀ ਕੰਮ ਨਹੀਂ ਕੀਤਾ ਅਸੀਂ ਇਹ ਹੀ ਕਹਿੰਦੇ ਹਾਂ ਭਾਈ ਤੁਸੀਂ ਇੱਦਾਂ ਹੀ ਚੜ੍ਹਦੀ ਕਲਾ ਰਹੋ ਤੁਹਾਡੇ ਨਾਲ ਸਾਰਾ ਦੁਨੀਆ ਤੁਹਾਡੇ ਨਾਲ ਜੁੜੀ ਹੋਆ ਅਤੇ ਤੁਹਾਡੇ ਜਿਹੜੀ ਭਾਈ ਫੁੱਟ ਪਾਉਣ ਨੂੰ ਵਿੱਚ ਪਾਏ ਜਾਊਗੇ ਐਸ ਦੇਖੋ ਕੱਲ੍ਹ ਤੋਂ ਲੱਗ ਕੇ ਹੁਣ ਸ਼ੁਰੂ ਹੋ ਗਈਆਂ ਭਈ ਜਿਹੜੀਆਂ ਏਜੰਸੀਆਂ ਨਿਊਜ਼ ਦੀਆਂ ਏਜੰਸੀਆਂ ਜਿਹੜੇ ਭਈ ਸਾਡੇ ਖਿਲਾਫ਼ ਆ ਪੰਜਾਬ ਦੇ ਖਿਲਾਫ਼ ਆ ਕਹਿਣ ਲੱਗ ਪਏ ਵੀ ਤਾਂ ਖਾਲਿਸਤਾਨੀ ਆ ਗਏ ਆ ਇਹ ਆਤੰਕਵਾਦ ਆ ਗਏ ਆ ਇਹਨਾਂ ਨੇ ਸ਼ੁਰੂ ਕਰ ਦਿੱਤਾ ਆਪਣਾ ਪ੍ਰੋਪਾਗੈਂਡਾ ਪਰ ਜਿਹੜੀ ਸਾਡੀ ਸੇਵਾ ਆ ਸਾਡੀ ਜਿਹੜੀ ਇਨਸਾਨੀਅਤ ਆ ਜਿਹੜੀ ਸਾਡੀ ਸ਼ਰਧਾ ਆ ਅਸੀਂ ਕੀ ਕਰਨ ਉੱਥੇ ਗਏ ਹਾਂ ਇਹ ਨਹੀਂ ਅਸੀਂ ਭੁੱਲਣਾ ਜਿੱਦਾਂ ਪਹਿਲਾਂ ਵੀ ਗੋਰਿਆਂ ਸਮਿਆਂ ਦੇ ਵਿੱਚ ਸਾਡੇ ਜਸੇ ਜਾਂਦੇ ਸੀਗੇ ਗੁਰਦੁਆਰੇ ਨੂੰ ਜਿੱਦਾਂ ਭਈ ਆਜ਼ਾਦ ਕਰਨਾ ਲਾਠੀਆਂ ਪੈਂਦੇ ਚੁੱਪ ਕਰਕੇ ਸਿਮਰਨ ਕਰਦੇ ਸੀਗੇ ਸਾਡੀ ਦੁਨੀਆ ਦੇਖਦੀ ਸੀ ਭਈ ਇਹ ਕੌਣ ਆ ਲੋਹੇ ਦੇ ਬੰਦੇ ਉਹੀ ਲੋਹਾ ਸਾਡੇ ਵਿੱਚ ਅੱਜ ਆ ਪਰ ਤੁਸੀਂ ਜਿਹੜੇ ਵਿੱਚ ਸਾਡੇ ਕੰਮ ਖਰਾਬ ਕਰੋਗੇ ਉਹ ਪਹਿਚਾਨਣੇ ਆ ਸਾਡੇ ਪੰਜਾਬੀਆਂ ਦੇ ਖਿਲਾਫ਼ ਕਿਸਾਨਾਂ ਦੇ ਖਿਲਾਫ਼ ਇੱਕ ਬਹੁਤ ਭਾਰੀ ਮੂਵਮੈਂਟ ਸ਼ੁਰੂ ਹੋ ਰਹੀ ਆ ਜੇ ਤੁਹਾਨੂੰ ਗਲਤ ਅੱਤਵਾਦੀ ਕਹਿਣਾ ਸ਼ੁਰੂ ਹੋ ਗਿਆ ਅਸੀਂ ਚੈਲੰਜ ਕਰ ਰਹੇ ਹਾਂ ਇੱਥੋਂ ਬੈਠੇ ਅਸੀਂ ਬਹੁਤ ਚੈਲੰਜ ਕਰ ਰਹੇ ਹਾਂ ਆਪਣੇ ਫੇਸਬੁੱਕ 'ਤੇ ਟਵਿੱਟਰ 'ਤੇ ਅਸੀਂ ਜੋ ਤੁਸੀਂ ਨਹੀਂ ਉੱਥੇ ਕਰ ਸਕਦੇ ਕਿਉਂਕਿ ਤੁਸੀਂ ਉੱਧਰ ਲੱਗੇ ਹੋ ਪ੍ਰੋਟੈਸਟ ਸਾਡੀ ਡਿਊਟੀ ਆ ਜਿਹੜੇ ਵੀ ਬਾਹਰ ਬੈਠੇ ਸਾਡੇ ਇਸ ਵੇਲੇ ਸਾਡਾ ਇਹ ਮੈਸੇਜ ਸੁਣਦੇ ਆ ਤੁਸੀਂ ਫੇਸਬੁੱਕ 'ਤੇ ਆ ਇੰਸਟਾਗ੍ਰਾਮ 'ਤੇ ਆ ਟਵਿੱਟਰ 'ਤੇ ਆ ਤੁਸੀਂ ਆਪਣੇ MP ਨੂੰ ਆਪਣੇ ਜਿਹੜੇ ਲੋਕਲ ਤੁਹਾਡੇ ਹੋਰ ਵੀ ਜਿਹੜੇ ਬਹੁਤ ਇੰਪੋਰਟੈਂਟ ਬੰਦੇ ਕਹਿ ਸਕਦੇ ਪ੍ਰਾਈਮ ਮਿਨਿਸਟਰ ਹੋਣ ਪ੍ਰੈਜ਼ੀਡੈਂਟ ਹੋਣ ਕੋਈ ਫਾਰਮਿੰਗ ਦੇ ਯੂਨੀਅਨ ਲਿੰਕ ਕਰੋ ਕੈਨੇਡਾ ਵਿੱਚ ਚੜ੍ਹਦੀ ਕਲਾ ਹੋ ਰਿਹਾ ਪ੍ਰੋਗਰਾਮ ਇਸ ਵੇਲੇ ਤੁਸੀਂ ਟੈਗ ਕਰ ਰਹੇ ਹੋ ਸਾਰੀ ਦੁਨੀਆ 'ਚ ਕਿਉਂਕਿ ਜਿਹੜੇ ਸਾਡੇ ਇਸ ਵੇਲੇ ਸ਼ੰਗਾਲ 'ਚ ਬੈਠੇ ਆ ਉਹ ਨਹੀਂ ਕਰ ਸਕਦੇ ਕਈ ਵਾਰੀ ਪਰ ਅਸੀਂ ਇੱਥੇ ਕਰ ਸਕਦੇ ਹਾਂ ਉਹਨਾਂ ਦੀ ਆਵਾਜ਼ ਬਣੋ ਪਰ ਅਸੀਂ ਕਾਨੂੰਨ ਨਹੀਂ ਤੋੜਨਾ ਸਾਡੇ ਨਾਲ ਹਰਿਆਣਾ ਜੁੜਿਆ ਆ ਦਿੱਲੀ ਵਾਲੇ ਲੋਕ ਵੀ ਜੋੜਨ ਲੱਗ ਪਏ ਆ ਅਸੀਂ ਵੀ ਇਹ ਮੈਸੇਜ ਭੇਜਿਆ ਸਾਰੀ ਦੁਨੀਆ ਨੂੰ ਇੰਡੀਆ ਨੂੰ ਵੀ ਅਤੇ ਦਿੱਲੀ ਨੂੰ ਵੀ ਭਈ ਤੁਸੀਂ ਕਿਸਾਨਾਂ ਨੂੰ ਆ ਕੇ ਪਿਆਰ ਦਿਖਾ ਲਓ ਆਪਣਾ ਸਪੋਰਟ ਦਿਖਾ ਲਓ ਚਾਹ ਪਾਣੀ ਪੁੱਛੋ ਜਿੱਥੇ ਮਦਦ ਕਰ ਸਕਦੇ ਮਦਦ ਕਰੋ ਜਿਹੜੀ ਮਦਦ ਕਰ ਰਹੇ ਅਸੀਂ ਧੰਨਵਾਦੀ ਹਾਂ ਪਰ ਜ਼ਰੂਰ ਸਾਵਧਾਨ ਰਹਿਣਾ ਆਹ ਜਿਹੜਾ ਪੇਜ ਮੈਂ ਮਸ਼ਹੂਰੀ ਕੀਤੀ ਆ ਸ਼ੇਅਰ ਕਰੋ ਇਹ 'ਤੇ ਜਿੱਥੇ ਵੀ ਤੁਸੀਂ ਬੈਠੇ ਆ ਦੱਸੋ ਕੀ ਲੋੜ ਆ
ਕਈ ਮੈਂ ਦੇਖਿਆ ਟਰੈਕਟਰ ਠੀਕ ਕਰਨੇ ਮਕੈਨਿਕ ਮੋਹਰੇ ਆ ਰਹੇ ਆ, ਅਸੀਂ ਧੰਨਵਾਦੀ ਹਾਂ, ਉਹ ਵੀ ਕਰ ਰਹੇ ਵੀ ਅਸੀਂ ਠੀਕ ਕਰਾਂਗੇ ਤੁਹਾਡੇ ਟਰੈਕਟਰ ਜੇ ਖਰਾਬ ਹੋ ਗਏ। ਜਿੱਥੇ ਵੀ ਤੁਸੀਂ ਮਕੈਨਿਕ ਆ, ਜੇ ਤੁਸੀਂ ਮਕੈਨਿਕ ਆ ਸਾਨੂੰ ਮੈਸੇਜ ਭੇਜ ਸਕਦੇ ਹਾਂ। ਖਾਲਸਾ ਇੰਡੀਆ ਪੇਜ ਆ, ਖਾਲਸਾ ਇੰਟਰਨੈਸ਼ਨਲ ਪੇਜ ਆ, ਮੇਰਾ ਪੇਜ ਆ, ਵੀ ਤੁਸੀਂ ਮੋਹਰੇ ਹੋ ਕੇ ਸੇਵਾ ਕਰਨੀ ਚਾਹੁੰਦੇ। ਕੋਈ ਡਾਕਟਰ ਹੋਵੇ, ਜਿਹੜੀ ਮਰਜ਼ੀ ਜਥੇਬੰਦੀ ਹੋਵੇ, ਅੱਜ ਸਾਰੇ ਜਥੇਬੰਦੀਆਂ ਦਾ ਸਾਨੂੰ ਸਾਰਿਆਂ ਦੀ ਲੋੜ ਆ। ਅਸੀਂ ਨਹੀਂ ਕਹਿੰਦੇ ਭਾਈ ਖਾਲਸਾ ਚੰਗਾ, ਦੇਖੋ ਜੀ ਸਾਰਾ ਕੁਛ ਖਾਸ ਨਹੀਂ, ਇਹ ਜੋ ਕਰ ਰਹੇ, ਜੋ ਇਸ ਵੇਲੇ ਹੋ ਰਿਹਾ ਇਹ ਸੰਗਤ ਕਰ ਰਹੀ ਆ। ਇੱਕ ਜਥੇਬੰਦੀ ਨਹੀਂ ਕਰ ਰਹੇ, ਇੱਕ ਜਥੇਬੰਦੀ ਨਹੀਂ ਕਰ ਰਹੀ, ਇੱਕ ਕੌਮ ਕਰ ਰਹੀ ਆ। ਜੇ ਤੁਹਾਨੂੰ ਦਿਸਦਾ ਵੀ ਚੰਗਾ ਸੇਵਾ ਕਰਦਾ, ਉਹਦੀ ਲਾਓ ਤੁਸੀਂ ਫੋਟੋਆਂ ਲਾਓ, ਉਹਦਾ ਤੁਸੀਂ ਫੇਸਬੁੱਕ 'ਤੇ ਲਾਓ, ਦੇਖੋ ਜੀ ਇਹ ਕੁੜੀ ਮੁੰਡਾ ਪਿੰਡ 'ਚੋਂ ਆ ਕੇ ਸੇਵਾ ਕਰ ਰਹੇ ਆ। ਇੱਕ ਦੂਜੇ ਦਾ ਸਾਥ ਦੇਵੋ, ਜਿੱਥੇ ਵੀ ਲੋੜ ਆ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਤੁਹਾਡੇ ਲਈ ਪਹੁੰਚਣ ਲਈ। ਪਰ ਕਈ ਵਾਰ ਔਖਾ ਹੁੰਦਾ ਕਿਉਂਕਿ ਰੋਡ ਵੀ ਬਹੁਤ ਭਾਰੇ ਬੰਦ ਆ, ਪੁਲਿਸ ਵੀ ਬਹੁਤ ਲੱਗੀ ਹੋ ਆ। ਪਰ ਇਹ ਪੇਜ ਜਿਹੜਾ ਅਸੀਂ ਸ਼ੇਅਰ ਕੀਤਾ ਆ, ਇਹਦੇ ਉੱਪਰ ਸ਼ਾਇਦ ਇਨਫੋਰਮੇਸ਼ਨ ਕਰ ਸਕਦੇ ਅਸੀਂ ਸ਼ੇਅਰ, ਕਿੱਥੇ ਕੋਈ ਡਾਕਟਰ ਬੈਠਾ ਹੋਵੇ, ਕੋਈ ਕਾਰ ਦਾ, ਕੋਈ ਟਰੈਕਟਰ ਦਾ ਮਕੈਨਿਕ ਬੈਠਾ ਹੋਵੇ, ਕਿਸੇ ਦੇ ਭਾਈ ਕਹਿ ਲਓ ਪਾਣੀ ਨਾਲ ਕੰਬਲ ਕੱਪੜੇ ਗਿੱਲੇ ਹੋ ਗਏ, ਕੱਪੜੇ ਕਿੱਦਾਂ ਚੇਂਜ ਕਰਨੇ। ਸੋ ਉਹ ਸਾਰਾ ਕੁਛ ਅਸੀਂ ਕੋਸ਼ਿਸ਼ ਕਰਦੇ ਹਾਂ ਭਾਈ ਪਿੱਛਿਓਂ ਤੁਹਾਡੀ ਇੱਕ ਸਪੋਰਟ ਦੀ, ਇੱਦਾਂ ਭਾਈ ਰੇਡੀ ਹੱਡੀ ਬਣੀਏ। ਪਰ ਜਿਹੜੇ ਮੋਹਰੇ ਇਸ ਵੇਲੇ ਆ ਸੰਗਤ ਆ, ਇਹ ਨਹੀਂ ਭਾਈ ਹੁਣ ਮੋਹਰੇ ਹੋ ਗਏ, ਸੰਗਤ ਨੇ ਧੱਕੇ ਖਾਧੇ, ਲਾਠੀ ਚਾਰਜ ਹੋਏ, ਪਾਣੀ ਪਿਆ, ਟੇਅਰ ਗੈਸ ਹੰਝੂ ਦੀ ਗੈਸ ਲੱਗੀ ਸਾਡੇ, ਤਾਂ ਜਾ ਕੇ ਆ ਗਏ ਕਿਸਾਨ ਯੂਨੀਅਨ ਦੇ ਜਿਹੜੇ ਵੱਡੇ ਮੋਹਰੇ ਲੀਡਰ ਆ, ਉਹਨਾਂ ਨੇ ਜਿਹੜੀ ਕਿਸਾਨਾਂ ਦੀ ਗੱਲ ਸੁਣਨੀ ਪੈਣੀ ਆ। ਉਹ ਹੁਣ ਇਸ ਵੇਲੇ ਮੋਹਰੇ ਹੋ ਕੇ ਇਕੱਲੇ ਗੱਲ ਨਹੀਂ ਕਰ ਸਕਦੇ, ਜਿਹੜੇ ਮੋਹਰੇ ਸਾਡੇ ਸੈਲੈਬ੍ਰਿਟੀ ਹੋਏ ਹੋ ਆ, ਅਦੀਪ ਸਿੱਧੂ ਵਰਗੇ ਹੋਏ ਆ, ਲੱਖੇ ਵਰਗੇ ਹੋਏ ਆ, ਹੋਰ ਵੀ ਕਿੰਨੇ ਮੋਹਰੇ ਜਿਹੜੇ ਸਿੰਗਰ ਵੀ ਆਏ ਆ। ਆ ਦੇਖੋ ਬਾਵਾ ਰਣਜੀਤ ਬਾਵੇ ਨੇ ਕਿੰਨਾ ਕੁਛ ਕੀਤਾ ਸੀਗਾ ਮੋਹਰੇ ਹੋ ਕੇ, ਬਹੁਤ ਸਿੰਗਰਾਂ ਨੇ ਕੀਤਾ। ਜਿਹੜੇ ਮੋਹਰੇ ਲੱਗੇ ਉਹਨਾਂ ਦੀ ਵੀ ਸਲਾਹ ਲੈਣੀ ਪੈਣੀ ਆ ਕਿਸਾਨ ਯੂਨੀਅਨ ਨੂੰ। ਇਹ ਨਹੀਂ ਭਾਈ ਸਾਰੀ ਸੰਗਤ ਚਲ ਗਈ ਅਤੇ ਜਾ ਕੇ ਦੋ ਤਿੰਨ ਲੀਟਰ ਜਾ ਕੇ ਵਿਕ ਗਿਆ ਚਾਹ ਦਾ ਕੱਪ ਪੀ ਕੇ। ਇਹ ਵੀ ਤੁਸੀਂ ਖਿਆਲ ਰੱਖਣਾ। ਪਰ ਜੋ ਕਰਨਾ ਅਸੀਂ ਕਾਨੂੰਨੀ ਕਰਨਾ, ਗੈਰ ਕਾਨੂੰਨੀ ਕੰਮ ਨਹੀਂ ਕਰਨਾ, ਸ਼ਾਂਤ ਮਾਈ ਨਾਲ ਕਰਨਾ, ਕਿਉਂਕਿ ਇਸ ਵੇਲੇ ਤੁਹਾਡੇ ਉੱਪਰ ਨਿਗਾਹ ਆ ਭਈ ਇਹ ਜਿਹੜੀ ਮੂਵਮੈਂਟ ਇੰਨੀ ਤਕੜੀ ਕਿੱਦਾਂ ਹੋ ਗਈ ਆ, ਇਹ ਕਿੱਦਾਂ ਦਿੱਲੀ ਤੱਕ ਪਹੁੰਚ ਗਈ ਆ, ਇਹਨੂੰ ਪ੍ਰੋਪਾਗੈਂਡਾ ਕਰਕੇ ਕਿੱਦਾਂ ਤੋੜਨਾ। ਤਾਂ ਹੀ ਕੱਲ੍ਹ ਤੋਂ ਦੇਖਿਆ ਜਿਹੜੀਆਂ ਇੰਡੀਆ ਦੀਆਂ ਮੋਸਟ ਜਿਹੜੀਆਂ ਨਿਊਜ਼ ਖਬਰ ਦੇ ਚੈਨਲ ਆ, ਉਹ ਤੁਹਾਨੂੰ ਸਾਰਿਆਂ ਨੂੰ ਖਾਲਿਸਤਾਨੀ, ਆਤੰਕਵਾਦੀ, ਕ੍ਰਿਮੀਨਲ ਇੱਦਾਂ ਦੇ ਲੇਬਲ ਲਾਈ ਜਾਂਦੇ ਆ। ਸੋ ਚੜ੍ਹਦੀ ਕਲਾ ਰਹੋ, ਇਹ ਨਾ ਸੋਚੋ ਤੁਸੀਂ ਇਕੱਲੇ ਆ। ਮੈਂ ਫਿਰ ਧੰਨਵਾਦ ਕਰਦਾ ਸਾਰੀ ਸੰਗਤ ਦਾ ਜਿਹੜੇ ਇਸ ਵੇਲੇ ਸੇਵਾ ਕਰ ਰਹੇ ਆ ਤੁਹਾਡੀ ਸਾਰਿਆਂ ਦੀ। ਜਿੱਥੇ ਕੋਈ ਲੋੜ ਹੋਵੇ ਅਸੀਂ ਮਦਦ ਕਰ ਸਕਦੇ ਹਾਂ, ਤੁਹਾਡੇ ਨਾਲ ਆ, ਤੁਸੀਂ ਇਕੱਲੇ ਨਹੀਂ ਗਏ। ਕਈ ਵਾਰੀ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਕਿਹਾ ਔਖਾ ਹੁੰਦਾ ਪਹੁੰਚਣਾ, ਪਰ ਅਸੀਂ ਕੋਸ਼ਿਸ਼ ਨਹੀਂ ਕਦੀ ਕਰਨ ਨੂੰ ਹਟਦੇ। ਜੇ ਅਸੀਂ ਇਰਾਕ ਦੇ ਸੀਰੀਆ ਦੇ ਬੋਰਡਰ 'ਚ ਪਹੁੰਚ ਸਕਦੇ ਹਾਂ ਅਤੇ ਮੈਂ ਖਿਆਲ ਆ ਅਸੀਂ ਤੁਹਾਡੇ ਕੋਲ ਵੀ ਪਹੁੰਚ ਸਕਦੇ ਹਾਂ, ਜਿੰਨਾ ਮਰਜ਼ੀ ਔਖਾ ਹੋਵੇ ਸਮਾਂ ਅਸੀਂ ਪਹੁੰਚ ਸਕਦੇ ਹਾਂ। ਪਰ ਜਿਹੜੀਆਂ ਦੂਜੇ ਜਥੇਬੰਦੀਆਂ, ਮੈਂ ਇਹ ਅਪੀਲ ਕਰਦਾ ਅੱਜ ਇਹ ਤੂੰ ਤੂੰ ਮੈਮਾਂ ਦੀ ਗੱਲ ਨਹੀਂ ਗੀ, ਸਪੈਸ਼ਲ ਜਿਹੜੀਆਂ ਨਿੱਕੀਆਂ ਜਥੇਬੰਦੀਆਂ ਜਾਂ ਸੇਵਾ ਗਰੁੱਪ ਪੰਜਾਬ ਤੋਂ ਆਇਓ ਆ, ਤੁਸੀਂ ਸਾਡੇ ਪੇਜ 'ਤੇ ਮੈਸੇਜ ਭੇਜ, ਜਿਹੜਾ ਮੈਂ ਪੇਜ ਹੁਣ ਇੱਥੇ ਮਸ਼ਹੂਰੀ ਕਰ ਰਿਹਾ ਉੱਥੇ ਲਿੰਕ ਭੇਜੀਓ ਆ, ਅਤੇ ਉਹਦੇ 'ਤੇ ਭੇਜ ਦਿਓ ਤੁਸੀਂ ਕੌਣ ਆ, ਤੁਹਾਡਾ ਕੋਂਟੈਕਟ ਨੰਬਰ, ਤੁਸੀਂ ਕਿੱਥੇ ਸੇਵਾ ਕਰ ਰਹੇ ਇਸ ਵੇਲੇ। ਫਿਰ ਅਸੀਂ ਇੱਕ ਪੇਜ ਬਣਾ ਦੇਵਾਂਗੇ ਆਪਣੇ ਲਈ, ਇੱਕ ਡਾਕੂਮੈਂਟ ਵੀ ਕਿਹੜੇ ਏਰੀਏ 'ਚ ਕਿਹੜੇ ਗਰੁੱਪ ਆਏ ਹੋ ਆ, ਕੀ ਕੋਂਟੈਕਟ ਨੰਬਰ ਆ, ਕਿੰਨੇ ਮੈਂਬਰ ਆ, ਉਹਨਾਂ ਕੋਲ ਕੋਈ ਸਪੈਸ਼ਲਿਸਟ ਹੈਗਾ ਕਿ ਨਹੀਂ। ਕਈ ਵਾਰੀ ਡਾਕਟਰ ਹੁੰਦਾ, ਮਕੈਨਿਕ ਹੁੰਦਾ, ਹੁਣ ਤੁਸੀਂ ਲੰਗਰ ਪਾਣੀ ਚਲਾ ਰਹੇ ਹਾਂ, ਅਸੀਂ ਫਿਰ ਇਹ ਸਾਰਾ ਕੁਛ ਮੋਹਰੇ ਹੋ ਕੇ ਇੱਕ ਕੋਆਰਡੀਨੇਟ ਕਰ ਸਕਦੇ ਵੀ ਇੱਕ ਔਰਗਨਾਈਜ਼ ਹੋਵੇ। ਸੋ ਲੰਗਰ ਚੱਲੀ ਜਾਣਾ, ਲੰਗਰ ਨਹੀਂ ਅਸੀਂ ਰੋਕਣ ਦੇਣਾ। ਸੋ ਤੁਸੀਂ ਆਪਣੇ ਵੱਲੋਂ ਇਹੀ ਖਿਆਲ ਰੱਖਣਾ ਆਪਣਾ, ਅਤੇ ਸਾਡੇ ਸਾਰਿਆਂ ਵੱਲੋਂ ਜਿਹੜੇ ਅਸੀਂ ਸਾਡੇ ਮੈਨੂੰ ਜਾਣ ਪਛਾਣ ਵਿੱਚ ਹੈਗੇ ਆ, ਸਾਡੇ ਖਾਲਸਾ ਦੀ ਟੀਮ ਆ, ਸਾਡੇ ਆਪਣੇ ਘਰ ਵਾਲੇ ਆ, ਅਸੀਂ ਤੁਹਾਨੂੰ ਇਹੀ ਕਹਿਣਾ ਚਾਹੁੰਦੇ ਹਾਂ ਤੁਹਾਡੇ ਲਈ ਸਾਡੇ ਦਿਲ 'ਚ ਬਹੁਤ ਪਿਆਰ ਆ। ਜੋ ਤੁਸੀਂ ਕਰ ਰਹੇ ਹਾਂ ਕੋਈ ਕੋਈ ਕਰ ਸਕਦਾ, ਸਦਾ ਹੀ ਸਾਡੇ ਉੱਪਰ ਇਹ ਔਖੇ ਸਮੇਂ ਆਏ ਆ, ਅਤੇ ਸਦਾ ਹੀ ਅਸੀਂ ਚੜ੍ਹਦੀ ਕਲਾਂ ਜੰਗਲਾਂ ਤੋਂ ਲੱਗ ਕੇ ਅੱਜ ਰੋਡਾਂ 'ਚ ਖੜ੍ਹੇ ਆ ਗਏ ਮੁੜ ਕੇ। ਫਿਰ ਉਹੀ ਗੱਲ ਆ ਜਾਂਦੀ ਘੜੀ ਘੜੀ ਵੀ ਸਾਡੀ ਕੌਮ, ਅਸੀਂ ਪੰਜਾਬੀ, ਸਾਡੇ ਵੀ ਕੀ ਆ, ਕੌਣ ਆ, ਇਹ ਕਿੱਦਾਂ ਦੇ ਲੋਹੇ ਦੇ ਬੰਦੇ ਆ, ਬੀਬੀਆਂ ਆ, ਵੀ ਬਜ਼ੁਰਗ ਆ, ਉੱਥੇ ਆ ਕੇ ਰੋਡ 'ਤੇ ਬੈਠੇ, ਪਾਣੀ ਵੀ ਗਿੱਲਾ ਠੰਡਾ ਪਾ ਦਿੱਤਾ, ਗਿੱਲੇ ਕੱਪੜੇ ਕਰ ਦਿੱਤੇ, ਤਾਂ ਵੀ ਚੜ੍ਹਦੀ ਕਲਾਂ। ਪਰ ਕਾਨੂੰਨ ਨਹੀਂ ਤੋੜਨਾ ਜੇ ਤੁਸੀਂ ਉੱਥੇ ਕਰ ਰਹੇ ਹਾਂ। ਹੁਣ ਸਾਰੇ ਉੱਥੇ ਦਿੱਲੀ ਵੀ ਹਿੱਲ ਗਈ ਆ ਅਤੇ ਇੰਡੀਆ ਵੀ ਹਿੱਲੀ ਜਾਂਦੀ ਆ। ਇੰਡੀਆ ਦੇ ਲੋਕ ਸਾਰੇ ਹੁਣ ਧਰਮ, ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਸਾਰੇ ਤੁਹਾਡੇ ਨਾਲ ਆ। ਇਹ ਤੁਹਾਡੇ ਨਾਲ ਆ ਕਿਉਂਕਿ ਤੁਸੀਂ ਆਪਣੀ ਇੱਕ ਸੇਵਾ ਦਿਖਾ ਰਹੇ ਹਾਂ।
ਤੁਸੀਂ ਕਿਸੇ ਨੂੰ ਮਾੜਾ ਨਹੀਂ ਬੋਲ ਰਹੇ, ਨਾ ਤੁਸੀਂ ਮਾੜਾ ਬੋਲੋ। ਕਈ ਵਾਰੀ ਖਬਰ ਵਾਲੇ ਆਉਂਦੇ ਆ, ਉਹ ਤੁਹਾਨੂੰ ਭੜਕਾਊਗੇ। ਉਹਨੇ ਕਹਿਣਾ ਤੁਸੀਂ ਮੋਦੀ ਖਿਲਾਫ਼ ਆਹ ਕਹੋ, ਤੁਸੀਂ ਉਹਨੂੰ ਆਹ ਗਾਲ ਕੱਢੋ, ਤੁਸੀਂ ਇਹ ਕੱਢੋ, ਤੁਹਾਡੇ ਵਿੱਚ ਕੀ ਆ? ਹਾਂ, ਗੁੱਸਾ ਹੈਗਾ, ਜੋਸ਼ ਹੈਗਾ, ਪਰ ਹੋਸ਼ ਨਾਲ ਜਵਾਬ ਦੇਵੋ ਆਪਣੇ ਆਪ। ਜੋ ਤੁਹਾਡੀ ਇਹ ਪ੍ਰਾਪਤੀ ਤੁਹਾਡੀ ਇਸ ਵੇਲੇ ਹੋਈ ਹੋ ਆ, ਵੀ ਕਹਿੰਦੇ ਵੀ ਫਤਿਹ ਹੋ ਗਈ ਆ, ਤੁਹਾਡੀ ਵਿਕਟਰੀ ਹੋ ਗਈ ਆ, ਜਿੱਤ ਤਾਂ ਤੁਹਾਡੀ ਪਹਿਲਾਂ ਹੀ ਹੋ ਗਈ ਆ, ਤੁਸੀਂ ਦਿੱਲੀ ਪਹੁੰਚ ਗਏ। ਉਹਨੇ ਕਿਹਾ ਦਿੱਲੀ ਪਹੁੰਚਣ ਨਹੀਂ ਦੇਣਾ, ਹੁਣ ਜੋ ਮਰਜ਼ੀ ਹੋ ਜਾਵੇ ਇਹ ਜਿੱਤ ਕੇ ਲੈ ਕੇ ਨਹੀਂ ਜਾ ਸਕਦਾ ਕੋਈ। ਪਰ ਅਸੀਂ ਇਸ ਵੇਲੇ ਇੱਕ ਕਦਮ ਚੱਕਿਆ ਸਾਰਿਆਂ, ਤੁਸੀਂ ਉਹਦੀ ਅਸੀਂ ਰਿਸਪੈਕਟ ਕਰਦੇ ਹਾਂ। ਕਾਨੂੰਨੀ ਤੌਰ 'ਤੇ ਅਸੀਂ ਤੁਹਾਡੇ ਨਾਲ ਬਿਲਕੁਲ ਖੜ੍ਹੇ ਹਾਂ, ਤੁਹਾਡੇ ਅਸੀਂ ਬਿਲਕੁਲ, ਜਦੋਂ ਵੀ ਤੁਹਾਨੂੰ ਕੋਈ ਲੋੜ ਹੋਵੇ, ਜਦੋਂ ਕੋਈ ਚੀਜ਼ ਅਸੀਂ ਕੁਛ ਆਪਣੇ ਵੱਲ ਕੁਛ ਕਰ ਸਕਦੇ ਹਾਂ, ਇਸ ਕੋ ਬਿਲਕੁਲ ਕਰਾਂਗੇ। ਪਰ ਤੁਸੀਂ ਚੜ੍ਹਦੀ ਕਲਾ ਰਹਿਣਾ, ਇੱਕ ਦੂਜੇ ਦੀ ਮਦਦ ਕਰਨੀ, ਅਤੇ ਅਸੀਂ ਵੀ ਹੁਣ ਸੋਚ ਰਹੇ ਹਾਂ ਹੋਰ ਪ੍ਰੋਗਰਾਮ ਅਸੀਂ ਤੁਹਾਡੇ ਲਈ ਕੀ ਕਰ ਸਕਦੇ ਹਾਂ। ਤੁਸੀਂ ਆਈਡੀਆ ਦੇਣੇ ਹੋਵੇ ਉਹ ਪੇਜ 'ਤੇ ਦੇ ਸਕਦੇ ਹਾਂ, ਉਹ ਪੇਜ 'ਤੇ ਅਸੀਂ ਪੋਸਟ ਕਰਾਂਗੇ। ਜੇ ਤੁਹਾਡੇ ਕੋਈ ਆਈਡੀਆ ਹੈਗੇ ਆ ਸਾਨੂੰ ਦੇਵੋ, ਅਸੀਂ ਦੇਖਦੇ ਹਾਂ ਵੀ ਹੋਰ ਕੁਛ ਕਰ ਸਕਦੇ ਹਾਂ। ਜਿਹੜੀਆਂ ਚਲਾਕੀਆਂ ਕਰਨੇ ਚਾਹੁੰਦੇ ਪੇਜ 'ਤੇ, ਅਸੀਂ ਉਹ ਬਲੌਕ ਕਰ ਦੇਣੇ। ਸੋ ਉਹ ਤਾਂ ਤੁਹਾਨੂੰ ਪਤਾ ਆ, ਉੱਥੇ ਤਾਂ ਬੰਦੇ ਰੱਖੇ ਉਹਨਾਂ ਨੇ ਝੂਠ ਬੋਲਣ ਲਈ ਫੇਸਬੁੱਕ 'ਤੇ ਅਤੇ ਹੋਰ ਜਿੱਦਾਂ ਬਈ ਇੰਸਟਾਗ੍ਰਾਮ 'ਤੇ, ਟਵਿੱਟਰ 'ਤੇ ਸਾਡੇ ਖਿਲਾਫ਼, ਤੁਹਾਡੇ ਖਿਲਾਫ਼। ਪਰ ਤੁਸੀਂ ਜੋ ਕੀਤਾ ਅਸੀਂ ਸੋਚਿਆ ਨਹੀਂ ਸੀਗਾ ਬਈ ਇੰਨੇ ਚੜ੍ਹਦੀ ਕਲਾ ਤੁਸੀਂ ਕਰ ਸਕਦੇ। ਰਹੋ ਚੜ੍ਹਦੀ ਕਲਾ, ਤੁਹਾਡੇ ਨਾਲ ਸਾਰੀ ਅਸੀਂ ਦੁਨੀਆ ਖੜ੍ਹੀ ਆ, ਖਾਲਸਾ ਏਡ ਹਰ ਕਦਮ ਤੁਹਾਡੇ ਨਾਲ ਖੜ੍ਹੇ ਆ। ਅਤੇ ਫਿਰ ਮੈਂ ਕਹਿਣਾ ਚਾਹੁੰਦਾ, ਜਿਹੜੇ ਬਈ ਖਾਲਸਾ ਏਡ ਦੀ ਟੀਮ ਆ ਜਾਂ ਜਿਹੜੇ ਪਿੰਡਾਂ ਤੋਂ ਅੱਗੇ ਸੇਵਾ ਕਰ ਰਹੇ ਆ, ਤੁਸੀਂ ਬਿਲਕੁਲ ਸਾਡੇ ਦਿਲ ਦੀ ਧੜਕਣ ਹੋ ਜਾਂਦਾ। ਤੁਸੀਂ ਪਿਆਰ ਨਾਲ, ਸ਼ਰਧਾ ਨਾਲ ਸੇਵਾ ਕਰ ਰਹੇ ਇੰਨੇ ਔਖੇ ਸਮੇਂ ਵਿੱਚ। ਸੋ ਉਹ ਪੇਜ ਨੂੰ ਤੁਸੀਂ ਪਲੀਜ਼ ਸ਼ੇਅਰ ਕਰਿਓ ਅਤੇ ਦੱਸਿਓ ਕਿ ਅਸੀਂ ਹੋਰ ਕੀ ਸੇਵਾ ਕਰ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।